ਹਾਏ 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 ਠੰਡੀਆਂ ਵਾਵਾਂ ਸਮੁੰਦਰ ਦੀਆਂ ਤੇ ਸੱਜਣ ਮੈਨੂੰ ਯਾਦ ਆ ਗਿਆ ਬੜਾ ਚਾ ਕਹਿ ਰਵੀ ਵੇਖ ਲੋ ਹੈ ਲੋ ਜੀ ਤਰਨ ਸਾਹਿਬ ਅੱਜ ਡਬਲਯੂ ਹੋਟਲ ਦੇ ਕੋਲ ਡਬਲਯੂ ਹੋਟਲ ਮੈਂ ਨਾ ਜਿਹੜੀ ਫੋਟੋ ਵਿੱਚ ਆਵੇ ਨਾ ਟਿਕ ਟੋਕ ਤੇ ਖਾਸ ਕਰਕੇ ਜਿਹੜੀ ਵੀਡੀਓ ਵਿੱਚ ਆਵੇ ਉਹ ਵੀਡੀਓ ਫਾਰ ਯੂ ਤੇ ਜਾਂਦੀ ਕਿਉਂਕਿ ਇਹ ਡਬਲਯੂ ਹੋਟਲ ਵਾਲਿਆਂ ਦੀ ਟਿਕ ਟਾਕ ਨਾਲ ਗੱਲ ਹੋਈ ਹੈ ਕਿ ਇਹਨ ਫੇਮਸ ਕਰਨਾ ਤੇ ਅਸੀਂ ਫੇਮਸ ਕਰਨ ਤੇ ਨਹੀਂ ਆਏ ਸੋ ਅਸੀਂ ਆਏ ਹਾਂ ਫਿਰਨ ਟੁਰਨ ਤੇ ਪਾਕਿਸਤਾਨ ਵੀ ਪਤਾ ਤੁਹਾਨੂੰ ਅਸੀਂ ਦਰਿਆਏ ਉੱਤੇ ਰਹਿਣ ਵਾਲੇ ਬੰਦੇ ਹਾਂ ਤੇ ਪਾਣੀਆਂ ਦੇ ਕਿਨਾਰੇ ਉੱਤੇ ਆ ਕੇ ਨਾ ਸਨ ਤਰੜਨ ਸਵਾਦ ਆਉਂਦਾ ਕਿਉਂ ਤਰੜ ਕੱਦੀ ਦੇ ਜ਼ਿਆਦਾਤਰ ਮਸ਼ਹੂਰ ਨੇ ਤੇ ਬਾਕੀ ਆਓ ਆਪਣੇ ਵਿਲਾਗ ਬਣਾਉਂਦੇ ਹਾਂ ਔਰ ਉਹਦੇ ਵਿੱਚ ਅਸੀਂ ਗੱਪਸ਼ਪ ਕਰਨ ਆਏ ਹਾਂ ਥੋੜਾ ਜਿਹਾ ਵਿਊ ਕਰਵਾਉਂਦੇ ਹਾਂ ਕੀ ਸੀਨ ਚੱਲ ਰਿਹਾ ਬਾਰਸਲੋਨੇ ਤੇ ਆਹ ਸਾਡਾ ਬਾਈ ਜਿਹੜਾ ਨਹੀਂ ਇਹ ਵੀ ਜੱਟ ਟੈਕਸੀ ਚਲਾਉਂਦਾ ਹੈ ਕੀ ਬਾਤ ਹੈ ਤਸਵਰ ਸੰਧੂ ਸਾਹਿਬ ਤਸਵਰ ਸੰਧੂ ਫਰਾਮ ਗੋਲੇ ਕੀ ਗੁਜਰਾਤ ਆਪਣਾ ਪਿੰਡ ਕਿਹੜਾ ਸਾਡਾ ਜਨਾਬ ਪਿੰਡ ਖੋਜਿਆਂਵਾਲੀ ਜ਼ਿਲ੍ਹਾ ਗੁਜਰਾਤ ਖੋਜਿਆਂਵਾਲੀ ਤੇ ਇਹ ਮੇਰੇ ਮਤਲਬ ਕਿ ਭਾਈ ਹਰੀ ਬੜੇ ਪਰਸਨਲ ਬੇਲੀ ਨੇ ਪਰਸਨਲ ਬੇਲੀ ਉਹ ਹੁੰਦਾ ਜਿਹਦੇ ਨਾਲ ਕੋਈ ਵੀ ਪਰਸਨਲ ਗੱਲ ਸ਼ੇਅਰ ਕਰ ਸਕਦੇ ਹੋ ਇਹਨੀ ਗੱਲ ਹੈ ਇਹ ਤੁਹਾਡੇ ਅੱਧੇ ਵੀਵਰ ਜਾਣ ਦਿੰਦੇ ਹਾਂ ਜੀ ਲਾ ਆਲੇ ਜਿਹੜੇ ਜਹਾਜ਼ ਖੜੇ ਨੇ ਉਹ ਨੇ ਜਿਹੜੇ ਮਤਲਬ ਕਿ ਇੱਥੇ ਆ ਨਾਲ ਬੰਦਰਗਾਹ ਹੈ ਪਿਛਲੀ ਸਾਈਡ ਤੇ ਬਾਰਸਲੋਨਾ ਜਿਹੜੇ ਸਮਾਨ ਲਿਆਉਂਦੇ ਨੇ ਤੇ ਲੈ ਕੇ ਜਾਂਦੇ ਨੇ ਇੱਥੋਂ ਮਤਲਬ ਕਿ ਕੰਟੇਨਰਾਂ ਵਾਲੇ ਟੋਟਲ ਖਮੋਸ਼ੀ ਨਾਲ ਪੈ ਜਾਂਦੇ ਨੇ ਆਹ ਬੜੈਜ ਫਿਰਦਾ ਹੈ ਪਿਆ ਤੇ ਆਹ ਡਬਲਯੂ ਹੋਟਲ ਜਿਹੜਾ ਇਹਦੇ ਅਸੀਂ ਦਰਵਾਜ਼ੇ ਅੱਗੇ ਗਏ ਰਹੇ ਹਾਂ ਐਂਟਰੀ ਵਾਸਤੇ ਦੁਨੀਆ ਦਾ ਹੈ ਮਤਲਬ ਇਹ ਹੁਣ ਨਹੀਂ ਪਤਾ ਕਿਤਵੇਂ ਨੰਬਰ 'ਤੇ ਆਉਂਦਾ ਹੈ ਹੋਟਲ ਬਾਰਸਲੋਨੇ ਦਾ ਪਰ ਦੁਨੀਆ ਦੇ ਮਸ਼ਹੂਰ ਹੋਟਲਾਂ ਵਿੱਚੋਂ ਇਹ ਵੀ ਹੈ ਅਤੇ ਐਂਟਰੀ ਵਾਸਤੇ ਉਹ ਪਿਆਂ ਦੇ ਆਣ ਕੇ ਸਲਵਾਰ ਕਮੀਜ਼ ਨਹੀਂ ਚੱਲਦੇ ਜੇ ਤੁਸੀਂ ਐਂਟਰ ਆਉਣਾ ਤੇ ਦਵਨ ਜੀਨਸ ਦੀ ਪੈਂਟ ਪਾ ਕੇ ਆਉਣਾ ਤੇ ਵੜੈਚਨ ਵੀ ਆਖੇ ਨੇ ਤੇਰਾ ਟਰੋਜ਼ਰ ਜਿਹੜਾ ਇਹਦੇ ਵਿੱਚ ਨਹੀਂ ਤੇ ਵੜੈਚੋਂ ਜਿਹੜਾ ਨੇ ਵੜੈਚੋਂ ਜਾਂਦਾ ਸਾਡੇ ਨਾਲ ਕੀ ਅੜੀ ਪਿਆ ਕਰਦਾ ਆਈ ਬਾਰਸਲੋਨੇ ਦਾ ਵਿਜ਼ਿਟ ਕਰਾ ਰਿਹਾ ਜਿਹੜੇ ਬੰਦੇ ਆਖਦੇ ਨਾ ਅਸੀਂ ਬਾਰਸਲੋਨਾ ਬਦਲੋਨਾ ਹੁੰਦੇ ਹਾਂ ਉਹ ਤਰੇ ਚਿਰਮਨੀਆਂ ਨਹੀਂ ਨਜ਼ਰ ਆ ਰਹੀਆਂ ਉਹ ਬਦਲੋਨਾ ਏਰੀਆ ਤੇ ਅੱਗੋ ਨਾਲ ਜਿਹੜਾ ਉਰਲੀ ਸਾਈਡ ਤੇ ਉਹ ਆਹ ਰੱਤਾ ਜਿਹਾ ਨਜ਼ਰ ਆ ਰਿਹਾ ਇਹ ਬਸੋਸ ਮਾਰ ਹੈ ਤੇ ਅੱਗੇ ਇਹ ਕਿਹੜਾ ਏਰੀਆ ਹੈ ਇਹ ਦੋ ਬਿਲਡਿੰਗਾਂ ਜਿਹੜੀਆਂ ਬਾਰਸਲੋਨਾ ਜਿਹੜਾ ਹੈ ਨਾ ਉਹ ਓਲੰਪੀਕੋ ਤੇ ਉਹ ਲੋਹੇ ਦੀ ਥੱਲੇ ਮੱਛੀ ਆ ਮੇਰੀ ਉਂਗਲੀ ਨਾਲ ਇਹ ਬੜੀ ਮਸ਼ਹੂਰ ਹੈ ਲੋਹੇ ਦੀ ਮੱਛੀ ਵੀ ਤੇ ਇਹਦੀ ਉਹ ਬਾਅਦ ਤਿੱਬੀ ਤਾਬੋ ਨਾਲ ਹੀ ਫਿਰ ਇਹ ਚੀਜ਼ਾਂ ਇੱਥੇ ਬੜੀਆਂ ਨੇ ਇਹ ਜਿਮ ਵਾਲੀ ਇੱਕ ਆ ਜਗ੍ਹਾ ਬਣੀ ਐਕਸਰਸਾਈਜ਼ ਬੱਚੇ ਪਾ ਕਰਦੇ ਨੇ ਤੇ ਜ਼ਿਆਦਾ ਜਿਹੜੀ ਮਸ਼ਹੂਰ ਹੈ ਉਹ ਜੇ ਆਹ ਸਾਹਮਣੇ ਇੱਥੇ ਮਤਲਬ ਵਾਵਾ ਓਪਨ ਵੱਡੀ ਜਿਮ ਬਣੀ ਹੈ ਜਿਆਦਾ ਤੁਸੀਂ ਅੱਗੇ ਤੁਹਾਡੀਆਂ ਵੀਡੀਓ ਬਣੀਆਂ ਨੇ ਗੋਰਿਆਂ ਨਾਲ ਆ ਗੋਰਿਆਂ ਨਾਲ ਸਾਹਮਣੇ ਉਹ ਸਾਹਮਣੇ ਉਸ ਜਗ੍ਹਾ ਤੇ ਬਣੀ ਹੈ ਉੱਥੇ ਮਤਲਬ ਕਿ ਓਪਨ ਜਿਹੜੇ ਚੈਲੰਜ ਹੁੰਦੇ ਨੇ ਉਹ ਅਸੀਂ ਉੱਥੇ ਖੇਡਦੇ ਹਾਂ ਇਹ ਜਨਾਬ ਦੇ ਸਾਹਮਣੇ ਲੱਗਦਾ ਬੀਚ ਐਵੇਂ ਦੇ ਬਾਰਸਲੋਨੇਤਾ ਇਹਨੂੰ ਆਂਦੇ ਨੇ ਬਾਰਸਲੋਨੇਤਾ ਤੇ ਔਰ ਬਾਰਸਲੋਨਾ ਪੂਰਾ ਸ਼ਹਿਰ ਜਿਹੜਾ ਮਤਲਬ ਕਿ ਪਿੱਛੇ ਇਤਨਾ ਜ਼ਿਆਦਾ ਨਹੀਂ ਜਿਤਨਾ ਬਹੁਤ ਜ਼ਿਆਦਾ ਪਲਾਈ ਹੈ ਤੇ ਇੱਥੋਂ ਲੱਗ ਕੇ ਐਂਡ ਤੇ ਉਹ ਜਿਹੜੀ ਜਗ੍ਹਾ ਜਾਂਦੀ ਹੈ ਮੁਣ ਮਸ਼ਹੂਰ ਮਤਾਰੋ ਹੈ ਉਹ ਅੱਗੇ ਜਿੱਥੇ ਅੰਜਲਾ ਸਾਹਿਬ ਵੀ ਹੁੰਦਾ ਹੈ ਮਤਾਰੋ
ਤੇ ਕਾਫੀ ਦੋਸਤ ਭਾਵ ਸਾਡੇ ਵਸਦੇ ਨੇ ਇਸ ਸ਼ਹਿਰ ਵਿੱਚ, ਤੇ ਬੜੀਆਂ ਮਜ਼ਿਆਂ ਦੀਆਂ ਇਸ ਸ਼ਹਿਰ ਵਿੱਚ ਯਾਦਾਂ ਇਸ ਤੋਂ ਜੁੜੀਆਂ ਨੇ। ਬਹੁਤ ਸਾਰੇ ਬੰਦੇ ਇੱਥੋਂ ਪਾਸਪੋਰਟ ਲੈ ਕੇ ਹੋਰ ਕੰਟਰੀਆਂ ਵਿੱਚ ਵੀ ਸ਼ਿਫਟ ਹੋ ਗਏ ਨੇ। ਇੱਥੇ ਵੀ ਮਾਂ ਰੋਟੀ ਖਾਂਦੀ ਹੈ ਜਨਾਬ ਗਰਮੀਆਂ ਵਿੱਚ, ਤੇ ਇੱਥੇ ਸਾਰਾ ਵਾਮ ਇੰਨੀ ਕੁ ਹੁੰਦੀ ਹੈ ਕਿ ਜਗ੍ਹਾ ਬੰਦ ਕਰ ਦਿੰਦੇ ਨੇ ਕਿ ਨੋ ਐਂਟਰੀ ਲਿਖ ਦਿੰਦੇ ਨੇ। ਸਹੀ ਹੈ, ਆ ਗਰਮੀਆਂ ਵਿੱਚ ਜ਼ਿਆਦਾ ਰਸ਼ ਹੁੰਦਾ ਹੈ, ਬਾਰਸਲੋਨਾ ਵਿੱਚ ਮਤਲਬ ਕਿ ਫਿਰਨ ਵਾਸਤੇ ਕਦਾਈ ਬਾਹਣ ਵਾਸਤੇ ਜਗ੍ਹਾ ਨਹੀਂ ਮਿਲਦੀ। ਇਤਨੇ ਸਿਰਫ ਇਹ ਨਹੀਂ ਕਿ ਪਾਕਿਸਤਾਨ ਤੋਂ ਬੰਦੇ ਆਉਂਦੇ ਨੇ ਵਿਜ਼ਿਟ ਵਾਸਤੇ, ਬਾਰਸਲੋਨਾ ਵਿੱਚ ਇਹ ਜਿਹੜਾ ਏਰੀਆ ਫਿਰਨ ਵਾਸਤੇ ਪੂਰੀ ਦੁਨੀਆਂ ਤੋਂ, ਪੂਰੀ ਦੁਨੀਆਂ ਦੇ ਦੂਸਰਿਆਂ ਮੁਲਕਾਂ ਤੋਂ ਗੋਰੇ ਵੀ ਬੜੇ ਆਉਂਦੇ। ਇਹ ਜਿਹੜਾ ਬੀਚ ਹੈ ਨਾ ਬਾਰਸਲੋਨੇਟਾ ਵਾਲਾ ਜੀ, ਇਹਦੇ ਵਿੱਚ ਤਕਰੀਬਨ ਇੱਕ ਬੰਦਾ ਬਹਿਣ ਦੀ ਵੀ ਜਗ੍ਹਾ ਨਹੀਂ ਹੁੰਦੀ, ਜਿਸ ਟਾਈਮ 4 ਵਜਦੇ ਨਾ 5 ਵਜਦੇ ਨੇ, ਠੀਕ ਹੈ। ਸਹੀ ਹੈ, ਫਿਰਨ ਟੁਰਨ ਦਾ ਬਹਿ ਕੇ ਬਾਰਸਲੋਨਾ ਵਿਜ਼ਿਟ ਕਰਨਾ ਹੋਵੇ, ਇਤਨਾ ਕਿਰਾਇਆ ਤੇ ਨਹੀਂ ਹੁੰਦਾ ਇਹਦਾ। ਸਿਰਫ ਟਿਕਟ ਨਾਰਮਲ ਹੈ ਬਾਰਸਲੋਨਾ, ਜਿਹੜੀ ਟਿਕਟ ਹੈ ਨਾ ਸਾਰੀ ਟ੍ਰਾਂਸਪੋਰਟ ਮੈਟਰੋਪੋਲੀਟਨ ਦੇ ਬਾਰਸਲੋਨਾ TMB ਜੀ, ਜਿੱਥੇ ਜਿੱਥੇ ਟਿਕਟ 11 ਯੂਰੋ ਦੀ 10 ਟਿਕਟਾਂ ਹੁੰਦੀਆਂ, 10 ਵਾਰੀ ਤੁਸੀਂ ਸਫ਼ਰ ਕਰ ਸਕਦੇ ਹੋ। 11 ਯੂਰੋ 10 ਵਾਰੀ ਤੁਸੀਂ ਜਿੰਨਾ ਦਿਲ ਲੈ ਇੱਕ ਵਾਰੀ ਵੇਚ, ਜਿੰਨਾ ਦਿਲ ਲੰਮਾ ਟਿਕਟ ਕੀ ਹੋ ਜਾਰਾ ਤੁਸੀਂ ਸਸਤੀ ਪੈਂਦੀ ਹੈ। ਸਹੀ, ਬਿਲਕੁਲ। ਮੈਂ ਕਿਹਾ ਇਹ ਵੀ ਗੱਲ ਵਿੱਚ ਐਡ ਕਰੀਏ ਕਿ ਇੱਥੇ ਮਾਉਦਿਆਂ ਉਹ ਬੱਸਾਂ ਦਾ ਮਤਲਬ ਕਿ ਟ੍ਰੇਨਾਂ ਦਾ ਟਰੈਵਲ ਜਿਹੜਾ ਬਹੁਤ ਸਸਤਾ ਹੈ, ਹੁਣ 4 ਹੀ ਲੱਗੀ ਹੈ, ਕਿਉਂਕਿ ਮੈਟਰੋ ਇਲੈਕਟ੍ਰੋਨਿਕ ਬੱਸ ਵੀ ਇੱਥੇ ਚੱਲ ਰਹੀ ਹੈ ਬਾਰਸਲੋਨਾ ਚ। ਕੀ ਪਾਉਂਦੇ ਬੜਾ ਸਾਹਿਬ? ਮੈਟਰੋ ਬੱਸ ਜਿਸ ਤਰ੍ਹਾਂ ਲਾਹੌਰ ਚੱਲਦੀ ਹੈ ਨਾ, ਮੈਟਰੋ ਜੀ, ਇਹ ਸਮਝੋ ਮੈਟਰੋ ਨਾਲ ਦੀ ਬੱਸ ਹੈ। ਸਹੀ, ਇੱਥੇ ਤੋਂ ਟ੍ਰਾਮ ਵੀ ਚੱਲਦੀ ਹੈ, ਮੈਟਰੋ ਜ਼ਮੀਨ ਤੇ ਵੀ ਚੱਲਦੀ ਹੈ, ਜਾ ਬਿਲਕੁਲ। ਪਰ ਇਹ ਵੇਂਦੇ ਕਿ ਲੰਮੀ ਸਪੇਨ ਦਾ ਜੇ, ਕਿਉਂ ਮੇਰੇ ਕਾਫੀ ਦੋਸਤ ਹੁੰਦੇ ਨੇ ਇੱਥੇ, USA ਵੀ ਗਏ ਨੇ, ਤੇ ਉੱਥੇ ਇਤਨਾ ਵਧੀਆ ਫੰਕਸ਼ਨ ਨਹੀਂ ਹੈ ਜਿੰਨਾ ਕਿ ਟ੍ਰਾਂਸਪੋਰਟ ਦਾ ਸਭ ਤੋਂ ਬੈਸਟ ਸਿਸਟਮ ਬਾਰਸਲੋਨਾ ਦੇ ਵਿੱਚ ਹੈ। ਉਹਦੀ ਵਜ੍ਹਾ ਤੋਂ ਦੁਨੀਆ ਦੀ ਸਭ ਤੋਂ ਵੱਡੀਆਂ ਐਗਜ਼ੀਬਿਸ਼ਨ ਜਿਹੜੀਆਂ ਹੁੰਦੀਆਂ ਨੇ, ਮੋਬਾਈਲ ਵਰਲਡ ਕਾਂਗਰਸ, ਟੈਕਸਟਾਈਲ, ਇਹ ਬੜੀ ਵੱਡੀ ਇਨਫੋਰਮੇਸ਼ਨ ਜਿਹੜੇ ਬੰਦੇ ਇਹਦੇ ਰਿਲੇਟਡ ਹੈ ਨੇ ਨਾ, ਉਹ ਬਾਰਸਲੋਨਾ ਵਿੱਚ ਮੁਨੱਕਦ ਹੁੰਦੀਆਂ ਨੇ। ਜੀ, ਦੁਨੀਆ ਦੇ ਸਭ ਤੋਂ ਵੱਡੀ ਐਗਜ਼ੀਬਿਸ਼ਨ ਜਿਹੜੀਆਂ ਨਾ ਇੱਥੇ ਹੁੰਦੀਆਂ ਜੀ। ਜੀ, ਬਹੁਤ ਵਧੀਆ। ਅੱਜ ਸਾਡਾ ਬਸ ਵਲੌਗ ਜਿਹੜਾ ਸੀ ਖਾਸ, ਉਹ ਇਹ ਦਿੱਤੇ ਸੀ W ਹੋਟਲ, ਕਿਉਂਕਿ ਇਹਦੇ ਨੇੜੇ ਤਰੇੜੇ ਦਾ ਜਿਹੜਾ ਏਰੀਆ ਉਹ ਤੁਹਾਨੂੰ ਵਿਜ਼ਿਟ ਕਰਾਇਆ, ਤੇ ਵਲੌਗ ਦਾ ਨਾਲ ਦਾ ਕੈਸਾ ਲੱਗਿਆ ਕਮੈਂਟ ਬਾਕਸ ਕਰਕੇ ਜ਼ਰੂਰ ਦੱਸਣਾ। ਸੋ ਜਿੰਨੇ ਵੀ ਸਾਡੇ ਵੀਵਰ ਨੇ, ਅੱਲਾਹ ਪਾਕ ਦੁਆਨ ਸਾਰਿਆਂ ਨੇ ਰਮਜ਼ਾਨ ਸ਼ਰੀਫ ਦੇ ਸਦਕੇ ਖੁਸ਼ ਰੱਖੇ, ਆਬਾਦ ਰਹੋ। ਸੋ ਸਾਨੂੰ ਵੀ ਦੁਆਵਾਂ ਵਿੱਚ ਯਾਦ ਰੱਖਿਆ ਜੇ, ਅਸੀਂ ਦੁਆਵਾਂ ਵਿੱਚ ਹਮੇਸ਼ਾ ਯਾਦ ਰੱਖਦੇ ਹਾਂ। ਲਵ ਯੂ, ਥੈਂਕ ਯੂ ਸੋ ਮਚ।